ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਜੁੜੇ ਹੈਗੇ ਆ ਸ਼ਿਮਲਾ ਕਨਸਟੀਟੂਐਂਸੀ ਬਾਰੇ ਗੱਲਬਾਤ ਕਰਾਂਗੇ। ਸਰਦਾਰ ਭੁਪਿੰਦਰ ਸਿੰਘ ਜੀ ਜੋ ਕਿ ਸ਼ਿਮਲਾ ਹਿਮਾਚਲ ਪ੍ਰਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਜੁੜਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਿਮਲਾ ਜੋ ਕਿ ਪੰਜਾਬ ਦੀ ਪਹਿਲੇ ਸਮੇਂ ਦੇ ਵਿੱਚ ਰਾਜਧਾਨੀ ਰਹੀ ਹੋਈ ਹੈ ਔਰ ਭਾਰਤ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਸ਼ਿਮਲਾ ਦਾ ਵੀ ਰਿਹਾ ਹੈਗਾ। ਸ਼ਿਮਲਾ ਕਨਸਟੀਟੂਐਂਸੀ ਬਾਰੇ ਗੱਲਬਾਤ ਕਰਾਂਗੇ। ਹਿਮਾਚਲ ਪ੍ਰਦੇਸ਼ ਦੇ ਵੀ ਟੋਟਲ ਜਿਹੜੀ 4 ਸੀਟਾਂ ਨੇ ਉਹਦੇ ਵਿੱਚ ਸ਼ਿਮਲਾ ਇੱਕ ਵੱਡੀ ਜਿਹੜੀ ਉਹਦੀ ਕੈਪੀਟਲ ਜਿਹੜੀ ਕਨਸਟੀਟੂਐਂਸੀ ਮੰਨੀ ਜਾਂਦੀ ਹੈਗੀ ਆ। ਭੁਪਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਭੁਪਿੰਦਰ ਸਿੰਘ ਜੀ, ਜਾਣਨਾ ਚਾਹਾਂਗੇ ਕਿ ਕਿਸ ਤਰੀਕੇ ਦਾ ਅੱਜ ਦਾ ਸ਼ਿਮਲਾ ਦੇ ਵਿੱਚ ਵੋਟਾਂ ਜਿਹੜੀ ਪੋਲ ਹੋਈਆਂ ਨੇ, ਕਿੰਨੇ ਪਰਸੈਂਟ ਰਿਹਾ, ਹੋਰ ਕਿਹੜੇ ਕਿਹੜੇ ਕੈਂਡੀਡੇਟ ਸੀਗੇ? ਸ਼ਿਮਲਾ ਲਗਭਗ 60% ਦੇ ਕਰੀਬ ਰਿਹਾ ਹੈਗਾ। ਇੱਥੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਹੈ ਧਨੀ ਰਾਮ ਸ਼ਾਂਡਲ ਕਰਨਲ, ਜਿਹੜੇ ਪਹਿਲੇ ਵੀ ਇੱਥੇ ਇੱਕ ਵਾਰੀ ਐਮ ਪੀ ਰਹੇ ਨੇ ਸੁਖਰਾਮ ਦੀ ਪਾਰਟੀ ਤੋਂ, ਤੇ ਬੀਜੇਪੀ ਦੇ ਨਾ ਸੁਰੇਸ਼ ਕੱਛਪ ਪਛਾੜ ਜਿਹੜਾ ਇਲਾਕਾ ਪਰੂ ਸਾਹਿਬ ਵਾਲਾ ਇਲਾਕਾ ਨਾ, ਉੱਥੇ ਬੀਜੇਪੀ ਦੇ ਐਮਐਲਏ ਨੇ ਦੋਨਾਂ ਵਿੱਚ ਮੁਕਾਬਲਾ ਦੇ ਜੀ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਤੇ ਯਾਨੀ ਕਿ ਉਹ ਲੋਕਾਂ ਦਾ ਜਿਹੜਾ ਹੈਗਾ ਵੋਟਾਂ ਨੂੰ ਲੈ ਕੇ ਕਿਸ ਤਰੀਕੇ ਦਾ ਰੁਝਾਨ ਰਿਹਾ ਸੀਗਾ? ਨਹੀਂ, ਬਹੁਤ ਅੱਛਾ ਰੁਝਾਨ ਸੀਗਾ ਕਿਉਂਕਿ ਲੋਕਲ ਗਵਰਨਮੈਂਟ ਬੀਜੇਪੀ ਦੀ ਹੈ ਨਾ ਜੀ। ਹਾਂਜੀ ਹਾਂਜੀ ਠੀਕ ਹੈ। ਨੈਚੁਰਲੀ ਫਿਰ ਉਹਨਾਂ ਦੇ ਵੱਲ ਥੋੜਾ ਜਿਹਾ ਝੁਕਾਵ ਜ਼ਿਆਦਾ ਨਜ਼ਰ ਆਇਆ ਕਿ ਰਿਜ਼ਲਟ ਕੀ ਦੱਸਣਗੇ। ਠੀਕ ਹੈ। ਲੋਕਾਂ ਦੇ ਵੋਟਿੰਗ ਪਰਸੈਂਟ ਜਿਹੜਾ ਹੈਗਾ ਪਹਾੜੀ ਏਰੀਆ ਹੋਣ ਦੇ ਬਾਅਦ ਵੀ ਤਕਰੀਬਨ 66% ਦਾ ਜਿਹੜਾ ਆਂਕੜਾ ਰਿਹਾ ਹੈਗਾ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿ ਪਹਿਲੇ ਵੀ ਇੰਨਾ ਕਰਨ ਦਾ ਸੀ ਜਾਂ ਜ਼ਿਆਦਾ ਜਾਂ ਘੱਟ? ਨਹੀਂ, ਬਿਲਕੁਲ ਠੀਕ ਹੈਗਾ ਕਿਉਂਕਿ ਅੱਜ ਮੌਸਮ ਵੀ ਠੀਕ ਸੀਗਾ, ਇੰਨਾ ਹੀ ਕਰੀਬ ਕਰੀਬ ਰਹਿੰਦਾ ਹੈਗਾ ਇੱਥੇ ਨਾ। ਠੀਕ ਹੈ ਠੀਕ ਹੈ ਠੀਕ ਹੈ। ਉਹ ਲੋਕਾਂ ਦੇ ਵਿੱਚ ਜਿਹੜੇ ਨਵੇਂ ਵੋਟਰਸ ਹੈ, ਜਿਹੜੇ ਬਜ਼ੁਰਗ ਵੋਟਰਸ ਦੇ ਵਿੱਚ ਲੈ ਕੇ ਜਿਹੜਾ ਹੈਗਾ ਕਿ ਇਹਨਾਂ ਇਲੈਕਸ਼ਨ, ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਕੀ ਕਰੇ ਸੀਗਾ? ਬਹੁਤ ਜ਼ਿਆਦਾ ਕਰੇਜ਼ ਨਹੀਂ ਸੀਗਾ, ਜਿਵੇਂ ਮਤਲਬ ਪਿਛਲੀ ਵਾਰੀ ਸੀਗਾ ਨਾ, ਬਹੁਤ ਜ਼ਿਆਦਾ ਉਤਸ਼ਾਹ ਸੀ, ਕਾਫੀ ਦਿਨ ਤੋਂ ਨੋਟਿਸ ਕਰ ਰਹੇ ਸੀਗੇ ਇਸ ਗੱਲ ਨੂੰ ਨਾ, ਪ੍ਰਚਾਰ ਦੇ ਵਿੱਚ ਵੀ ਕੋਈ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਸੀ, ਜਿਵੇਂ ਅਕਸਰ ਹੁੰਦਾ ਨਾ, ਓਕੇ ਓਕੇ ਪੋਜੀਸ਼ਨ ਸੀਗੇ। ਠੀਕ ਹੈ ਠੀਕ ਹੈ। ਪ੍ਰਚਾਰ ਜਿਹੜਾ ਆਪਾਂ ਜੇ ਗੱਲ ਕਰੀਏ ਤੇ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜੇ ਲੋਕਾਂ ਨੇ ਇੱਥੇ ਜੋ ਵੋਟ ਮੰਗੀ ਹੈਗੀ ਹੈ, ਜੋ ਕਿ ਦੋ ਹੀ ਪਾਰਟੀਆਂ ਦੇ ਵਿੱਚ ਨਜ਼ਰ ਆਈ ਹੈ, ਕਾਂਗਰਸ ਤੇ ਬੀਜੇਪੀ, ਤੇ ਕਿਹੜਾ ਜਿਹੜਾ ਮੁੱਦਾ ਹੈਗਾ ਲੈ ਕੇ ਉਹ ਕੈਂਡੀਡੇਟਸ ਜਿਹੜੇ ਹੈਗੇ ਲੋਕਾਂ ਦੇ ਵਿੱਚ ਜਾਂਦੇ ਸੀਗੇ? ਨਹੀਂ, ਐਕਚੁਅਲੀ ਸ਼ਿਮਲੇ ਦੇ ਦੋਨੋਂ ਕੈਂਡੀਡੇਟ ਜਿਹੜੇ ਨੇ ਇੱਕ ਸੋਲਨ ਤੋਂ ਹੈ ਤੇ ਇੱਕ ਸਰਮੌਰ ਤੋਂ ਹੈਗਾ, ਤੇ ਸੰਯੋਗ ਦੀ ਗੱਲ ਹੈ ਕਿ ਇਹ ਜ਼ਿਆਦਾਤਰ ਇਹਨਾਂ ਨੇ ਆਪਣਾ ਜ਼ੋਰ ਨਾ ਉਸੇ ਤਰਫ ਲਾਇਆ, ਇਧਰ ਤਾਂ ਸਿਰਫ ਕਾਰਜਕਰਤਾ ਹੀ ਸਨ ਇਹਨਾਂ ਦੇ ਨਾਲ, ਕੈਂਡੀਡੇਟ ਆਪ ਇੱਥੇ ਨਹੀਂ ਪਹੁੰਚੇ ਸਾਡੇ ਕੋਲ ਸ਼ਿਮਲਾ ਪ੍ਰੋਪਰ ਚ ਦੋਨੋਂ ਕੈਂਡੀਡੇਟ। ਅੱਛਾ, ਸ਼ਿਮਲਾ ਤੱਕ ਜਿਹੜੇ ਹੈਗੇ ਦੋਨੋਂ ਕੈਂਡੀਡੇਟ ਨਹੀਂ ਪਹੁੰਚੇ? ਹਾਂ, ਇਹ 4 ਜ਼ਿਲ੍ਹੇ ਹੈਗੇ ਨਾ ਜਿਹਦੇ ਵਿੱਚ ਇਹ ਸਾਡੀ ਕੌਂਸਟੀਚੁਐਂਸੀ ਹੈਗੀ ਨਾ ਜੀ, ਸ਼ਿਮਲਾ, ਸੋਲਨ ਤੇ ਆਪਣਾ ਸਰਮੌਰ ਦੇ ਨਾਲ ਇਹ ਲੱਗਦੇ ਨੇ ਇਲਾਕੇ ਨਾ। ਠੀਕ ਹੈ। ਇਹ ਜ਼ਿਲ੍ਹੇ ਇਹਦੇ ਵਿੱਚ ਇੱਥੇ ਨਾ ਜਾਂਦੇ, ਟੋਟਲ 12 ਜ਼ਿਲ੍ਹੇ ਹੈਗੇ ਨੇ ਹਿਮਾਚਲ, 4 ਸੀਟਾਂ ਨੇ ਨਾ, ਇਹ ਵੱਡਾ ਇਹਨਾਂ ਦਾ ਸੋਲਨ ਵੱਲ ਜ਼ਿਆਦਾ ਜ਼ੋਰ ਹੈ ਕਿਉਂਕਿ ਕੈਂਡੀਡੇਟ ਦੋਨੋਂ ਉੱਥੋਂ ਦੇ ਹੀ ਹੈਗੇ ਨੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਭੁਪਿੰਦਰ ਸਿੰਘ ਜੀ, ਅਕਾਲ ਚੰਨੇ ਦੇਸ਼ ਦੇ ਦਰਸ਼ਕਾਂ ਨੂੰ ਕੋਈ ਹੋਰ ਕੋਈ ਤੁਸੀਂ ਜਾਣਕਾਰੀ ਸਾਂਝਾ ਕਰਨਾ ਚਾਹੋਗੇ? ਨਹੀਂ, ਮੈਂ ਤਾਂ ਸਾਰਿਆਂ ਨੂੰ ਸਾਡੇ ਕੋਲ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਚੜ੍ਹਦੀ ਕਲਾ ਚ ਰਹਿਣਾ ਚਾਹੁੰਦਾ। ਠੀਕ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਰਦੇ ਭੁਪਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲੇ ਸੋਹਣੇ ਹਾਲ ਸਾ